ਭਾਈ ਰਣਜੀਤ ਸਿੰਘ ਜੀ ਆਪਣੇ ਜ਼ੁਬਾਨ ਤੋਂ ਆਪ ਜੀ ਨੂੰ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਵਰਤੀ ਹੈ, ਕਿਰਪਾ ਵਰਤੀ ਹੈ, ਔਰ ਇਹਨਾਂ ਦੀ ਇੱਕ ਅੱਖ ਦੀ ਰੋਸ਼ਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲਗਾਤਾਰ ਦਰਸ਼ਨ ਇਸ਼ਨਾਨ ਕਰਕੇ ਵਾਪਸ ਆਈ ਹੈ, ਜਦੋਂ ਕਿ ਪੰਜਾਬ ਦੇ ਡਾਕਟਰਾਂ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਸੀ ਕਿ ਤੁਹਾਡੀ ਅੱਖ ਠੀਕ ਨਹੀਂ ਹੋ ਸਕਦੀ। ਉਹ ਇਸ ਤਰ੍ਹਾਂ ਦੀ ਗੱਲ ਸਾ ਜੀ ਕਿ ਮਤਲਬ ਆਉਂਦੇ ਕਿ ਮਤਲਬ ਇਹਦਾ ਚਲੋ ਇਲਾਜ ਕਰੀ ਜਾਂਦੇ ਹਾਂ, ਬਾਕੀ ਠੀਕ ਨਹੀਂ ਹੋਣੀ, ਜਿੱਥੇ ਮਰਜ਼ੀ ਤੁਸੀਂ ਮਤਲਬ ਦਿਖਾ ਸਕਦੇ ਜਾ ਕੇ, ਜਿੱਥੇ ਮਰਜ਼ੀ ਜਿਹੜੇ ਮਰਜ਼ੀ ਇੰਡੀਆ ਦੇ ਕੋਨੇ 'ਤੇ ਵਿਖਾ ਲਓ, ਮਤਲਬ ਜੀ ਨਜ਼ਰ ਆ ਨਾ, ਜਿਹੜੀਆਂ ਨਾੜਾਂ ਇਹਦੀਆਂ ਮਤਲਬ ਬਲੌਕ ਹੋ ਗਈਆਂ ਵਾ, ਮਤਲਬ ਜੁੜ ਨਹੀਂ ਸਕਦੀਆਂ ਕਦੀ ਵੀ ਉਹ, ਬਿਲਕੁਲ ਲਾਲ ਸੀ, ਮਤਲਬ ਜਿੱਦਾਂ ਫਟ ਜਾਂਦੀ ਨਾ ਚੀਜ਼ ਇਸ ਤਰ੍ਹਾਂ ਬਿਲਕੁਲ ਲਾਲ ਹੋਈ ਸੀ, ਸੁੱਜੀ ਜੀ, ਇੱਥੇ ਜੋ ਨਾੜਾਂ ਸੀ ਮੇਰੇ ਮੱਥੇ ਦੇ ਉਹ ਮਤਲਬ ਇੱਦਾਂ ਹਿਲਜੁਲ ਕਰਦੀਆਂ ਸੀ, ਜਦੋਂ ਇਹ ਨੁਕਸ ਪਿਆ ਨਾ ਉਦੋਂ ਹਿਲਜੁਲ ਕਰਦੀਆਂ, ਮੁੜ ਕੇ ਦਰਦ ਇੰਨੀ ਹੁੰਦੀ ਸੀ ਮਤਲਬ ਜਿੱਦਾਂ ਬੰਦੇ ਦੇ ਪੇਟ 'ਚ ਕੋਈ ਛੁਰਾ ਮਾਰ ਦਿੰਦਾ ਵਾ, ਇੱਦਾਂ ਲੱਗਦਾ ਦਰਦ ਇੰਨੀ ਹੁੰਦੀ ਸੀ, ਮੁੜ ਕੇ ਡਾਕਟਰਾਂ ਦੇ ਮਤਲਬ ਇਹਦੇ ਮਤਲਬ ਮਾੜਾ ਮੋਟਾ ਇਲਾਜ ਹੋਣਾ ਵਾ, ਤਾਂ ਜਿਹੜੀ ਅੱਖ ਦੀ ਨਜ਼ਰ ਇਹ ਨਹੀਂ ਬਣਨੀ। ਹਾਂਜੀ, ਉਹ ਜਦੋਂ ਜਾਣਾ ਇੱਥੋਂ ਦਰਦ ਬਹੁਤ ਜ਼ਿਆਦਾ ਹੋਣੀ, ਜਦੋਂ ਆਪਾਂ ਦਰਸ਼ਨੀ ਡਿਊਟੀ ਦੇ ਅੰਦਰ ਜਾਣਾ ਬਿਲਕੁਲ ਦਰਦ ਗਾਇਬ, ਜਦੋਂ ਫਿਰ ਬਾਹਰ ਆ ਜਾਣਾ ਫਿਰ ਉਹ ਦਰਦ ਹੋਣ ਡੈ ਪਣੀ, ਫਿਰ ਉਸੇ ਤਰ੍ਹਾਂ ਹੀ ਨਹੀਂ। ਜਦੋਂ 4-5 ਦਿਨ ਹੀ ਇਸ਼ਨਾਨ ਕੀਤਾ ਨਾ, ਮੁੜ ਕੇ ਮਤਲਬ ਜਾਂ 3 ਜਾਂ 4 ਦਿਨ ਕੀਤਾ, ਇੱਥੇ ਹੀ ਬੈਠੇ ਇਹਦੇ ਸਾਹਮਣੇ ਸਾਡੇ ਨਾਲ ਘਰ ਸੀ ਗੁਆਂਢ, ਉਹ ਵਾਈਟ ਕਲੀ ਕੀਤੀ ਆ, ਤਾਂ ਮੈਨੂੰ ਮਤਲਬ ਮਾੜਾ ਮਾੜਾ ਦਿਖੇ ਮੈਨੂੰ, ਘਰਦਿਆਂ ਨੇ ਪੁੱਛਿਆ ਵੀ ਹੋ ਗਈ ਆ, ਮਤਲਬ ਵੈਸੇ ਜਿੱਦਾਂ ਮਾੜਾ ਮਾੜਾ ਜਾਪਦਾ ਸੀ, ਕਹਿੰਦੇ ਵੀ ਮਤਲਬ ਉਹ ਲਾਗੇ ਕੁਲਵੀਰ ਸਿੰਘ ਆ, ਸਰਦਾਰ ਕੁਲਵੀਰ ਸਿੰਘ ਉਹਨਾਂ ਦਾ ਘਰ ਆ। ਹਾਂਜੀ, ਹੌਲੀ ਹੌਲੀ ਜਿੱਦਾਂ ਇਸ਼ਨਾਨ ਆਪਾਂ ਕਰੀ ਗਏ ਹਾਂ, ਬਾਬੇ ਦੀ ਕਿਰਪਾ ਨਾਲ ਹੌਲੀ ਹੌਲੀ ਮਤਲਬ ਵੱਧਦੀ ਗਈ, ਕੁਝ ਪਰਸੈਂਟ ਵੱਧਦੀ ਗਈ, ਫਿਰ ਡਾਕਟਰ ਨੂੰ ਦਿਖਾਇਆ, ਉਹਦੇ ਵਿੱਚ ਕ੍ਰਿਸ਼ਮਾ ਹੋਣ ਡਿਆ ਵਾ, ਬਾਕੀ ਜੇ ਮਾਲਕ ਦੇ ਭਰੋਸਾ ਰੱਖਾਂਗੇ ਮਤਲਬ ਗੁਰੂ ਰਾਮਦਾਸ ਜੀ ਦੇ, ਅਤੇ ਫਿਰ ਤਾਂ ਹੋਣੇ